ਹਾਂਜੀ ਵੀਰੋ, ਕੀ ਹਾਲ ਚਾਲ ਹੈ? ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਬਲੌਗ ਲੈ ਕੇ ਆ ਰਹੇ ਹਾਂਗੇ। ਅੱਜ ਅਸੀਂ ਜਾ ਰਹੇ ਹਾਂ ਸਵਿਮਿੰਗ ਪੂਲ ਦੇ ਉੱਤੇ, ਅਤੇ ਉੱਥੇ ਤੁਹਾਨੂੰ ਲੋਕੇਸ਼ਨ ਵਗੈਰਾ ਦਿਖਾਵਾਂਗੇ, ਅਤੇ ਅਸੀਂ ਕੀ ਫੰਕਸ਼ਨ ਕੀਤਾ ਉਸ ਤੁਹਾਨੂੰ ਸਾਰਾ ਕੁਝ ਬਲੌਗ ਦੇ ਵਿੱਚ ਦਿਖਾਇਆ ਜਾਊਗਾ। ਹੁਣ ਤੁਹਾਨੂੰ ਆਪਾਂ ਮਿਲਦੇ ਹਾਂ ਰਸਤੇ ਵਿੱਚ। ਠੀਕ ਹੈ ਜੀ, ਹਾਂਜੀ ਆਹ ਦੇਖੋ, ਹੁਣ ਅਸੀਂ ਜਾ ਰਹੇ ਹਾਂਗੇ। ਲੋਕੇਸ਼ਨ 'ਤੇ ਹੁਣ ਤੁਹਾਨੂੰ ਦਿਖਾਉਣੇ ਆ ਪੂਲ ਦੀ ਲੋਕੇਸ਼ਨ। ਆਪਾਂ ਕਿੱਦਾਂ ਦੀ ਲੋਕੇਸ਼ਨ ਹੈਗੀ, ਅਬੀ ਉਹ ਜਗ੍ਹਾ 'ਤੇ ਫ੍ਰੀ ਵੈਡਿੰਗ ਸੂਟ ਵੀ ਹੁੰਦੇ ਹੈਗੇ, ਅਤੇ ਇੱਥੇ ਪੂਲ ਦੀ ਲੋਕੇਸ਼ਨ ਵੀ ਹੈਗੀ ਹੈਗੀ। ਠੀਕ ਹੈ ਜੀ, ਮੇਰੇ ਨਾਲ ਸਾਥੀ ਆ ਮੇਰੇ ਵੀਰੋ। ਇਹ ਤਾਂ ਆਫਿਸ ਹੈਗਾ, ਉਹ ਦਿਖਾੜਦਾ ਯਾਰ ਦੱਸੂ। ਕਾਊਂਟਰ ਸੀਗਾ ਜੀ, ਨੰਬਰ 95 9 3। ਅੱਧੇ 100 ਰੁਪਏ ਟਿਕਟ ਹੈਗੀ ਇੱਕ ਘੰਟਾ ਨਹਾਉਣ ਦੀ। ਠੀਕ ਹੈ, ਪੂਲ ਦੀ ਲੋਕੇਸ਼ਨ। ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਆਇਓ ਜੀ, ਬਹੁਤ ਤਕੜੀ ਲੋਕੇਸ਼ਨ ਹੈਗੀ, ਫ੍ਰੀ ਵੈਡਿੰਗ ਲਈ ਵੀ ਲੋਕੇਸ਼ਨ ਹੈਗੀ ਇਹ। ਠੀਕ ਹੈ, ਹੁਣ ਆਪਾਂ ਜਾ ਰਹੇ ਹਾਂ ਪੂਲ ਵਿੱਚ, ਤੁਹਾਨੂੰ ਦਿਖਾਉਣੇ ਪੂਲ ਦੀ ਆਪਣੀ ਐਂਟਰੀ। ਸਾਥੀ ਸੱਜਣ
ਵੀਡੀਓ ਬਣ ਰਹੀ ਹੈ ਨੇ ਗਰਮੀ ਚ ਨਹਾਉਣ ਦਾ ਬਾਬੇ ਤੁਹਾਨੂੰ ਪਤਾ ਹੀ ਹੈ ਨਜ਼ਾਰਾ ਹੀ ਵੱਖਰਾ ਹੈ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਲਓ ਬਾਬੇ ਹੁਣ ਪੂਲ ਦੇ ਵਿੱਚ ਹੋਰ ਮੁੰਡੇ ਹੀ ਪਹੁੰਚ ਚੁੱਕੇ ਨੇ ਪੂਰਾ ਖੱਦਾ ਪਾ ਰਿਹਾ ਨੌਜਵਾਨ आज ब्लू है पानी 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 और तुम भी सानी 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 आ जाओ ऑन द बीच यार फोटो मेरी खींच भी किस्मत होगी तेरी कर तू नहीं है बात ना मानी ਆ ਦੇਖੋ ਬਾਬੇ ਦੇ ਫ੍ਰੀ ਵੈਡਿੰਗ ਵਾਲਾ ਸੂਟ ਹੁੰਦਾ ਇੱਥੇ ਲੋਕੇਸ਼ਨ ਬਹੁਤ ਤਕੜੀ ਹੈਗੀ ਪਿੰਡ ਦੇ ਵਿੱਚ ਬਣਿਆ ਹੋਇਆ ਇਹ ਲੋਕੇਸ਼ਨ ਦਿਖਾਉਣੀ ਆਪਣੀ ਸਾਰੀ ਇਹ ਲੋਕੇਸ਼ਨ ਦੇਖੋ ਬਾਬੇ ਉਹ ਮੁੰਡਾ ਕਹਿੰਦਾ ਮੈਂ ਰਫ ਨਾਲ ਫੋਟੋ ਖਿਚਾਉਣੀ ਹੈ ਹੁਣ ਨੌਜਵਾਨ ਪੀੜ੍ਹੀ ਹੈ ਕੀ ਕਹਿ ਸਕਦੇ ਹੁਣ ਮੰਨਣੀ ਨਹੀਂ ਪੈਂਦੀ ਹੈ ਗੱਲ ਹਰ ਇੱਕ ਦੀ ਜੀ ਮੁੰਡੇ ਵੀਡੀਓ ਬਣਾਉਂਦੇ ਹੋਏ ਲੋਕੇਸ਼ਨ ਬਹੁਤ ਵਧੀਆ ਬਾਬੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀ ਤੁਹਾਡੇ ਲਈ ਹੋਰ ਨਵੇਂ ਨਵੇਂ ਵਲੌਗ ਲੈ ਕੇ ਆਉਂਦੇ ਰਹਾਂਗੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਬਾਬੇ ਧੰਨਵਾਦ